ਇੰਡੀਆ ਨੂੰ ਦੋ ਵਾਰ ਵਰਲਡ ਚੈਂਪੀਅਨ ਬਣਾਉਣ ਵਾਲੇ ਡਿਗਜੇਸ ਖਿਡਾਰੀ ਯੁਵਰਾਜ ਸਿੰਘ ਹਾਲੀ ਦੇ ਵਿੱਚ ਫਾਦਰ ਬਣੇ ਨੇ। ਉਹਨਾਂ ਦੀ ਵਾਈਫ ਤੇ ਬਾਲੀਵੁੱਡ ਐਕਟਰੈਸ ਹੇਜ਼ਲ ਕੀਚਨਾਇਕ ਬੇਟੇ ਨੂੰ ਜਨਮ ਦਿੱਤਾ ਹੈ ਤੇ ਇਸ ਗੱਲ ਦੀ ਜਾਣਕਾਰੀ ਯੁਵਰਾਜ ਸਿੰਘ ਨੇ ਆਪਣੇ ਆਫੀਸ਼ੀਅਲ ਹੈਂਡਲ ਤੋਂ ਦਿੱਤੀ ਹੈ। ਯੂਵੀ ਨੇ ਪੋਸਟ ਵਿੱਚ ਰੱਬ ਦਾ ਸਭ ਤੋਂ ਪਹਿਲਾਂ ਸ਼ੁਕਰੀਆ ਦਾ ਕੀਤਾ ਤੇ ਨਾਲ ਦੀ ਨਾਲ ਫੈਨਸ ਨੂੰ ਉਹਨਾਂ ਦੀ ਪ੍ਰਾਈਵੇਸੀ ਲਈ ਵੀ ਰਿਕਵੈਸਟ ਕੀਤੀ ਹੈ ਕਿਉਂਕਿ ਉਹਨਾਂ ਨੇ ਲਿਖਿਆ ਕਿ ਅਸੀਂ ਦੁਨੀਆ ਦੇ ਵਿੱਚ ਛੋਟੇ ਦਾ ਸਵਾਗਤ ਕਰ ਰਹੇ ਹਾਂ ਤੇ ਸਾਨੂੰ ਤੁਹਾਡੀ ਪ੍ਰਾਈਵੇਸੀ ਤੋਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੈਸਨ ਆਲੀ ਉਹਨਾਂ ਨੇ ਲਿਖਿਆ ਕਿ ਲਵ ਹੈਜ਼ਲੈਂਡ ਯੁਵਰਾਜ ਇਸ ਕਪਲ ਦੀ ਗੱਲ ਕਰੀਏ ਤੇ ਇਸ ਕਪਲ ਨੇ 2015 ਦੇ ਵਿੱਚ ਅੰਗੇਜਮੈਂਟ ਕੀਤੀ ਸੀ ਤੇ ਵਿਆਹ ਇਹਨਾਂ ਦਾ 2016 ਦੇ ਵਿੱਚ ਹੋਇਆ ਸੀ ਹੈਜ਼ਲ ਦੀ ਗੱਲ ਕਰਾਂ ਤਾਂ ਉਹਨਾਂ ਨੇ ਆਪਣੇ ਬਾਲੀਵੁੱਡ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਦੇ ਵਿੱਚ ਉਹ ਸਲਮਾਨ ਖਾਨ ਦੀ ਫਿਲਮ ਬਾਡੀਗਾਰਡ ਦੇ ਵਿੱਚ ਨਜ਼ਰ ਆਏ ਸੀ ਬਤੌਰ ਸੈਕਿੰਡ ਲੀਡ ਦੇ ਵਿੱਚੋਂ ਪਹਿਲੀ ਲੀਡ ਸੀ ਕੈਰੀਨਾ ਕਪੂਰ ਤੇ ਸੈਕਿੰਡ ਲੀਡ ਸੀ ਹੈਜ਼ਲ ਬਾਲੀਵੁੱਡ ਤੋਂ ਇਲਾਵਾ ਇਸ ਐਕਟਰ ਉਸ ਨੇ ਮੈਕਸਿਮਮ ਧਰਮ ਸੰਕਟ ਬਾਂਕੇ ਕੀ ਕਰੇਜੀ ਬਾਰਾਤ ਵਰਗੀਆਂ ਬਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕੀਤਾ। ਉਸ ਤੋਂ ਇਲਾਵਾ ਐਕਟਰ ਉਸ ਪੰਜਾਬੀ ਤੇ ਤੇਲਗੂ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕਿਆ ਤੇ ਨਾਲ ਦੀ ਨਾਲ ਬਿਗ ਬਾਸ 7 ਦਾ ਹਿੱਸਾ ਵੀ ਲਈ ਹੈ। ਯੁਵਰਾਜ ਸਿੰਘ ਦੀ ਗੱਲ ਕਰੀਏ ਤੇ ਉਹਨਾਂ ਦੀ ਬਦੌਲਤ T20 World Cup 2017 ਤੇ One Day 2011 ਜਿੱਤਿਆ ਸੀ। U19 T20 ਦੇ ਵਿੱਚ ਇੰਗਲੈਂਡ ਦੇ ਖਿਲਾਫ 14 ਬੋਲਾਂ ਦੇ ਵਿੱਚ 58 ਰਨਸ ਦੀ ਪਾਰੀ ਖੇਲੀ ਸੀ ਜਸ ਤੋਂ ਬਾਅਦ ਇੰਡੀਆ ਨੂੰ ਜਿੱਤ ਵੀ ਦਿਵਾਈ ਸੀ